ਬਹੁਤ ਤਕੜੇ ਤਕੜੇ ਕੁੱਤੇ ਆਏ ਨੇ ਜੀ, ਤੇ ਨਾਰ ਵੀ ਉੱਡਾ ਤਕੜਾ ਫੜਿਆ। ਕੁੱਤੇ ਉਹਨੇ ਅੰਦਰ ਜ਼ਖਮੀ ਬੜੇ ਕੀਤੇ ਆ। ਇੱਥੇ ਕੋਈ ਕੁੱਤਾ ਹੁਣ ਉਹਦੀ ਲੱਤ ਤੋੜੀ ਆ ਜੀ, ਕੁੱਤੀਆਂ ਵੀ ਇੱਕ ਦੋ ਪਾੜੀਆਂ ਨੇ, ਵਿੱਚ ਕੁੱਤੇ ਵੀ ਪਾੜੇ ਆ। ਚੈੱਕ ਕਰੋ ਜਾਨਵਰ ਨੂੰ, ਬਿਲਟਰੀ ਬੜੇ ਚੰਗੇ ਚੰਗੇ ਆਏ ਜੀ। ਅੱਗੇ ਹੋਇਆ ਜੀ, ਕਮਾਲ ਹੈਗਾ, 5-6 ਕਿੱਲੇ ਬੰਟੀ ਵੀ ਲੈ ਕਹਿੰਦਾ ਜਾਂ ਖੇਡਣ ਲੈ ਕਹਿੰਦਾ, ਆਵਾਮ ਚੌਕੀ ਆਈ ਹੋਈ ਹੈ ਜੀ। ਤੇ ਲੱਗੇ ਹੋਏ, ਗਰਮੀ ਵੀ ਹੈਗੀ ਆ। ਸੂਰ ਹੀ ਕਹਿੰਦੇ ਬਹੁਤ ਵੱਡਾ ਵਾ, ਬੰਦਿਆਂ ਨੇ ਦੇਖਿਆ ਵਿੱਚ ਅੱਗੇ ਬਹੁਤ ਵੱਡਾ, ਤੇ ਕਮਾਦ ਵੀ 5-6 ਕਿੱਲੇ ਆ, ਥੋੜਾ ਔਖਾ ਹੀ ਨਿਕਲਣਾ ਵਾ। ਬੰਦੇ ਬਾਹਰ ਵੀ ਕੁੱਤੇ ਲੈ ਕੇ ਲਓ, ਤੇ ਚਾਰੇ ਛਪਾ ਖੋਤੇ ਹੈ ਕੁੱਤੇ ਲੈ ਕੇ। ਚੈੱਕ ਕਰੋ ਜੀ ਕੰਟਰੋਲ ਦੇ ਵਿੱਚ, ਓ ਕਹਿੰਦੇ ਭੱਜ ਗਿਆ ਜੀ ਉੱਧਰ। ਵਾਹਨ ਸਾਰੀ ਭੱਜ ਗਈ ਆ ਜੀ ਉੱਧਰ ਨੂੰ, ਕਹਿੰਦੇ ਨਿਕਲ ਗਿਆ ਉੱਧਰੋਂ। ਬਾਕੀ ਦੇਖੋ ਕਾਬੂ ਆਉਂਦਾ ਜਾਂ ਨਹੀਂ। ਅੱਗੇ ਮੂੰਜੀ ਬਹੁਤ ਜ਼ਿਆਦਾ ਲੱਗੀ ਹੋਈ ਹੈ ਜੀ, ਮੂੰਜੀ ਵੜ ਗਿਆ ਕਮਾਦ ਤੋਂ ਨਿਕਲ ਕੇ। ਫਸਲ ਮਾਸ਼ਾਅੱਲਾ ਬਹੁਤ ਤਿਆਰ ਕਰ ਗਈ ਜੀ, ਮੂੰਜੀ ਤਿਆਰ ਕਰੀ ਹੈ ਜੀ, ਅਤੇ ਉਹ ਅਗਲੇ ਕਮਾਦ ਦੇ ਵਿੱਚ ਜਾ ਕੇ ਵੜ ਗਿਆ। ਉੱਥੇ ਉੱਥੇ ਲੱਗ ਗਏ ਜਿਹੜਾ ਉਹ ਪਿਛਲੇ ਕਮਾਦ 'ਚ ਭੱਜਿਆ ਹੋਇਆ ਜੀ, ਹੁਣ ਅਗਲੇ ਕਮਾਦ 'ਚ ਜਾ ਕੁੱਤੇ ਲਾਉਂਦੇ ਹਾਂ, ਦੇਖਦੇ ਹਾਂ। ਮੂੰਜੀ ਲੋਕਾਂ ਦੀ ਤਿਆਰ ਮਾਸ਼ਾਅੱਲਾ ਖੜੀ ਹੈ, ਅਤੇ ਫਿਰ ਕਿਸੇ ਦਾ ਨੁਕਸਾਨ ਵੀ ਨਹੀਂ ਨਾ ਕਰਨਾ, ਇਸ ਕਰਕੇ ਕੁੱਤੇ ਉਸ ਹਿਸਾਬ ਨਾਲ ਛੱਡ ਰਹੇ ਹਾਂ ਤਾਂ ਕਿ ਕਿਸੇ ਭਰਾ ਦਾ ਨੁਕਸਾਨ ਵੀ ਨਾ ਹੋਵੇ। ਬਾਕੀ ਉਹ ਅਗਲੇ ਕਮਾਦ 'ਚ ਜਾ ਰਹੇ ਹਾਂ, ਹੁਣ ਉੱਥੇ ਜਾ ਕੇ ਦੇਖਦੇ ਹਾਂ। ਛੱਡਿਆ ਸੀਗਾ ਉਸਨੇ, ਗੋਰੇ ਕੁੱਤੇ ਵਿੱਚ ਪੈ ਗਏ, ਵਿੱਚ ਕੁੱਤੇ ਵਿੱਚ ਪੈ ਗਏ ਜੀ। ਚਾਵਾ 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 ਬੋਕਸਰ ਫਦੀ ਗਿਆ ਵਿੱਚ, ਕਹਿੰਦੇ ਇੱਥੇ ਇੱਥੇ ਆਉਂਦਾ ਪਿਆ ਜੀ। ਪੈ ਗਏ ਨੇ ਵਿੱਚ, ਨਹੀਂ ਨਾ ਹਾਂ ਬਾਈ ਛੱਡ ਦੇ ਗਿਆ ਜੀ ਵਿੱਚ, ਹਾਂ ਵਿੱਚ ਜਾ ਰਹੇ ਹਾਂ ਜੀ ਆਪਣਾ, ਵਿੱਚ ਹੀ ਕਿਤੇ ਲੱਗ ਗਏ ਆ। ਛਾਵਾ ਹਦੀ ਗਿਆ ਵਿੱਚ, ਹਾਂ
ਜਾਣਾ ਨਾਲ ਭਾਜੀ ਅੱਜ ਦਾ ਵੱਡਾ ਨਾਲ ਫੜਿਆ ਹੋਇਆ ਦੋ ਤਿੰਨ ਮਣ ਦਾ ਨਾਲ ਵਾ ਵਿਖਾਨੇ ਆ ਤੁਹਾਨੂੰ ਅੱਜ ਸਾਰੀ ਮਾਂ ਆਈ ਹੋਈ ਸੀਗੀ ਆਵਾਮ ਵੀ ਬਹੁਤ ਆਈ ਤਾਂ ਨਾਰ ਵੀ ਬਹੁਤ ਵੱਡਾ ਫੜਿਆ ਜੀ ਹੁਣ ਕੁੱਤਾ ਬੰਨ ਕੇ ਲਾਣਗੇ ਛੱਡਣਗੇ ਫਿਰ ਆਪਣੇ ਵਾਲਿਆਂ ਦਾ ਦੁਬਾਰਾ ਮੂੰਹ ਲਵਾਵਾਂਗੇ ਜੀ ਬੜੀ ਆਵਾਮ ਆਈ ਹੈ ਜੀ ਬੰਟੀ ਬਾਕਸਰ ਪੂਰਾ ਨਜ਼ਾਰਾ ਅੱਜ ਤੇ ਜੀ ਤਿੰਨ ਮਣ ਦਾ ਜਾਨਵਰ ਤਕੜਾ ਓਏ ਹਟ ਜਾ ਹਟ ਜਾ ਹਟ ਜਾ ਜਾਨਵਰ ਬੜੇ ਵੱਡੇ ਵੱਡੇ ਆਏ ਆ ਜੀ।